ਇਕ ਆਦਮੀ ਬਾਹਰ ਨਿਕਲ ਕੇ ਹਰ ਇੱਕ ਵਰਗ ਦਾ ਕੰਮ ਕਰ ਸਕਦਾ ਤੇ ਇੱਕ ਔਰਤ ਕਿਉਂ ਨਹੀਂ ਕਰ ਸਕਦੀ ਕਿਉਂਕਿ ਔਰਤ ਵੀ ਕਰ ਸਕਦੀ ਆ ਪਰ ਆਪਾਂ ਔਰਤਾਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੇ ਇਹ ਦੋ ਚਾਰ 걔ੜੇ ਪਹਿਲਾਂ ਮੈਂ ਸਟਾਰਟਿੰਗ ਚਲਾਇਆ ਉਸ ਤੋਂ ਬਾਅਦ ਆ ਫਿਰ ਕਿਸੇ ਨੇ ਹੋਰ ਅੱਗੇ-ਅੱਗੇ ਨੰਬਰ 6 ਹੋ ਜਾਂਦੇ ਆ ਤਾਂ ਫਿਰ ਮੈਂ ਘੱਟੋ-ਘੱਟ 15 ਤੋਂ 20 걔ੜੇ ਜਿਹੜੇ ਹੁਣ ਤੱਕ ਲਾ ਚੁੱਕੇ ਆ ਰਜਿੰਦਰਾ ਤੋਂ ਬਾਹਰ ਵੀ ਸੰਗਰੂਰ, ਰਾਜਪੁਰਾ, ਖੰਨਾ, ਅਸਰਾ, ਪਾਤਲਾ ਸਮਾਨ ਆ ਪਰਿਵਾਰ ਤੇ ਦੇਖ ਹੀ ਰਹੇ ਆ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਕੁ ਸਮਾਂ ਸੀ ਇੱਧਰ ਲਾ ਸਕਦੇ ਆ ਸੇਵਾ ਦੇ ਵਿੱਚ ਉਹ ਵੀ ਲਾਈਏ ਸੋ ਉਹਦੇ ਵਿੱਚ ਮੇਰੀ ਸਹਿਮਤੀ ਮੇਰੇ ਪਰਿਵਾਰ ਦੀ ਪੂਰੀ ਸਹਿਮਤੀ ਹੈ ਮੇਰੇ ਨਾਲ ਖਰਚਾ ਇਸ ਤਰ੍ਹਾਂ ਹੈ ਕਿ ਸੰਗਤ ਅਸੀਂ ਜਿੰਨੇ ਵੀ ਮੈਂਬਰ ਹੈਗੇ ਆ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਖਰਚਾ ਹੀ ਮੇਨਟੇਨ ਪਹਿਲਾਂ ਵੀ ਕਰ ਰਹੇ ਸੀ ਠੀਕ ਹੈ ਕਮਾਈ ਦਾ ਤੇ ਕਦੀ ਅਸੀਂ ਐਂਬੂਲੈਂਸ ਤੋਂ ਸੋਚਿਆ ਹੀ ਨਹੀਂ ਹੈ ਇਹ ਸੋ ਹੁਣ ਜਿਹੜੇ 15 ਤੋਂ 20 ਜਿਹੜੇ ਆਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਕਿਸੇ ਕੋਲ ਵੀ ਨਹੀਂ ਪੈਸਾ ਲਿਆ ਹੈਗਾ ਇੱਕ ਸਾਡੇ ਅੰਕਲ ਸੀ ਨਾਲ ਉਹਨਾਂ ਨੇ ਜਰੂਰ 500 ਰੁਪਏ ਉਹ ਫੜਾ ਕੇ ਜਾਂਦੇ ਜਾਂਦੇ ਵੀ ਕਈ ਵੀ ਤੁਸੀਂ ਸਾਡਾ ਮਰੀਜ਼ ਛੱਡ ਗਿਆ ਬਹੁਤ ਵਧੀਆ ਸੋ ਲੈ ਕੇ ਮੈਂ ਕਿਸੇ ਕੋਲੋਂ ਨਹੀਂ ਪੈਸਾ ਲਿਆ ਸਸਰਗੋਜੀ ਮੈਂ ਅਨੁਰਖ ਸ਼ਰਮਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਤੁਸੀਂ ਸੁਣਿਆ ਹੋਣਾ ਬਾਣੀ ਦੇ ਵਿੱਚ ਦਰਜ ਹੈ ਸੋ ਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਸੋ ਇਹ ਬਿਲਕੁਲ ਸਹੀ ਟੁਕਦਾ ਪਟਿਆਲਾ ਸ਼ਹਿਰ ਦੀ ਕੁਲਦੀਪ ਕੌਰ ਦੇ ਉੱਤੇ ਕਿਉਂਕਿ ਅੱਜ ਜਿੱਥੇ ਕਰੋਨਾ ਮਹਾਮਾਰੀ ਦਾ ਜ਼ੋਰ ਚੱਲ ਰਿਹਾ ਹੈ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਹੱਥ ਲਗਾਉਣ ਤੋਂ ਡਰਦੇ ਆ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਗਾਈਡਲਾਈਨਸ ਜਾਰੀਆਂ ਕਿ 2 ਗਜ ਦੀ ਦੂਰੀ ਬਹੁਤ ਜ਼ਰੂਰੀ ਸੋ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਇੱਕ ਮਹਿਲਾ ਮੈਂ ਇੱਥੇ ਕਹਿ ਸਕਦਾ ਕਿ ਸ਼ਾਇਦ ਦੇਸ਼ ਦੀ ਪਹਿਲੀ ਮਹਿਲਾ ਹੋਣਗੇ ਜੋ ਕਿ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਖੁਦ ਐਂਬੂਲੈਂਸ ਡਰਾਈਵ ਕਰ ਰਹੀ ਹੈ ਔਰ ਖੁਦ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਆ ਰਹੇ ਆ ਉਹਨਾਂ ਨੂੰ ਉੱਥੋਂ ਦੂਜੀਆਂ ਥਾਵਾਂ ਤੇ ਸ਼ਿਫਟ ਕਰ ਰਹੇ ਆ ਸੋ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਉਸ ਸ਼ਖਸੀਅਤ ਨਾਲ ਜਿਨ੍ਹਾਂ ਨੇ ਕਿ ਐਡਾ ਵੱਡਾ ਕੰਮ ਆਪ ਆਪ ਮੁਹਾਰੇ ਹੋ ਕੇ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਐਂਬੂਲੈਂਸ ਤੁਸੀਂ ਦੇਖ ਰਹੇ ਹੋ ਮਹਿਲਾ ਸੇਵਾ ਵੈਲਫੇਅਰ ਸੁਸਾਇਟੀ ਸੋ ਇਹ ਕੁਲਦੀਪ ਕੌਰ ਖੁਦ ਚਲਾ ਰਹੇ ਆ कोरोना वार्ड राजेंद्रਾ ਹਸਪਤਾਲ ਦੇ ਅਸੀਂ ਬਿਲਕੁਲ ਬਾਹਰ ਖੜੇ ਆ ਜਿੱਥੇ ਕਿਹੇ ਕੋਰੋਨਾ ਮਰੀਜ਼ਾਂ ਨੂੰ ਜਿਹੜਾ ਹੈ ਇੱਥੋਂ ਕਿਤੇ ਲੈ ਕੇ ਜਾਣਾ ਹੋਵੇ ਜਾਂ ਕਿਤੋਂ ਇੱਥੇ ਲੈ ਕੇ ਆਉਣਾ ਹੋਵੇ ਉਹ ਸੇਵਾ ਨਿਭਾ ਰਹੇ ਆ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਤਾਂ ਜੀ ਕਿਸ ਤਰ੍ਹਾਂ ਹੌਸਲਾ ਕੀਤਾ ਕਿ ਮੈਂ ਕੋਰੋਨਾ ਦੇ ਮਰੀਜ਼ ਜਦੋਂ ਕਿ ਅੱਜ ਰਿਸ਼ਤੇਦਾਰ ਆਪਣੇ ਰਿਸ਼ਤੇਦਾਰ ਨੂੰ ਹੱਥ ਨਹੀਂ ਲਗਾ ਰਿਹਾ ਆਸੀ ਪੜੋਸੀ ਦੂਰ ਹੋ ਜਾਂਦੇ ਆ ਕਈ ਲੋਕਾਂ ਦੀ ਸ਼ਿਕਾਇਤ ਹੈ ਕਿ ਜਦੋਂ ਕਿਸੇ ਨੂੰ ਪਤਾ ਲੱਗ ਜਾਏ ਕਿ ਪੋਜ਼ਿਟਿਵ ਆ ਗਿਆ ਤੇ ਲੋਕ ਉਸ ਨਾਲ ਗੱਲ ਕਰਨੀ ਵੀ ਮੁਨਾਸਿਫ ਨਹੀਂ ਸਮਝ ਰਹੇ ਤੇ ਤੁਸੀਂ ਫਿਰ ਐਡਾ ਵੱਡਾ ਸਟੈਪ ਕਿਸ ਤਰ੍ਹਾਂ ਲੈ ਲਿਆ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗੀ ਬੜੀ ਜਿੱਥੋਂ ਮੈਨੂੰ ਇਹ ਲੱਗਣ ਲੱਗੀ ਜੀ ਆਪਣੇ ਨਾਮਤਾਰੀ ਸੰਪਰਦਾ ਦੇ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾਪ ਜੀ ਨੇ ਨਾਮ ਜਰੂਰ ਸੁਣਿਆ ਹੋਗਾ ਠੀਕ ਹੈ ਜੀ ਉਹ ਇਸ ਚੀਜ਼ ਨੂੰ ਬਹੁਤ ਪ੍ਰੇਰਿਤ ਕਰਦੇ ਨੇ ਖਾਸ ਕਰਕੇ ਔਰਤਾਂ ਨੂੰ ਕਿਉਂਕਿ ਉਹ ਇਹ ਗੱਲ ਕਹਿੰਦੇ ਵੀ ਅਗਰ ਇੱਕ ਆਦਮੀ ਬਾਹਰ ਨਿਕਲ ਕੇ ਹਰ ਇੱਕ ਵਰਗ ਦਾ ਕੰਮ ਕਰ ਸਕਦਾ ਤਾਂ ਇੱਕ ਔਰਤ ਕਿਉਂ ਨਹੀਂ ਕਰ ਸਕਦੀ ਕਿਉਂਕਿ ਔਰਤ ਵੀ ਕਰ ਸਕਦੀ ਆ ਪਰ ਆਪਾਂ ਔਰਤਾਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੇ ਠੀਕ ਹੈ ਜੀ ਸੋ ਪਿਛਲੇ 7-8 ਸਾਲਾਂ ਤੋਂ ਮੈਂ ਬਾਹਰ ਵਿਚਰਦਿਆਂ ਕੰਮ ਕਰਦੀਆਂ ਹਾਸਪੀਟਲਸ ਵੀ ਆਈਦਾ ਬਾਹਰ ਵੀ ਜਾਣਾ ਪੈਂਦਾ ਸਾਨੂੰ ਸੋ ਅਸੀਂ ਕੰਮ ਤਾਂ ਆਲਰੇਡੀ ਕਰ ਹੀ ਰਹੇ ਹਾਂ ਤੇ ਉਹਦੇ ਨਾਲ ਨਾਲ ਸਾਡੀ 3 ਸਾਲਾਂ ਤੋਂ ਐਂਬੂਲੈਂਸ ਦੀ ਸੇਵਾ ਵੀ ਜਿਹੜੀ ਸ਼ੁਰੂ ਹੋਈ ਉਹ ਵੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੱਲੋਂ ਹੀ ਉਹਨਾਂ ਦੀ ਸੰਗਤ ਵੱਲੋਂ ਹੀ ਇਹ ਜਿਹੜੀ ਐਂਬੂਲੈਂਸ ਚਲਾਈ ਗਈ ਸੀ ਜੋ ਕਿ ਸੰਗਤ ਦੇ ਲਈ ਉਹਨਾਂ ਨੇ ਦਿੱਤੀ ਸੀਗੀ ਵੀ ਹਾਸਪੀਟਲਾਂ ਦੇ ਵਿੱਚ ਇਹਨੂੰ ਚਲਾਓ ਸੋ ਇਹ 3 ਸਾਲਾਂ ਤੋਂ ਕੰਮ ਕਰ ਰਿਹਾ ਸੀਗੇ ਬਾਕੀ ਡਰਾਈਵਰ ਸਾਡਾ ਹੈਗਾ ਡਰਾਈਵਰ ਰੱਖਿਆ ਹੋਇਆ ਉਹ ਕੰਮ ਕਰ ਰਿਹਾ ਹੈ ਤੇ ਹੁਣ ਕੁਝ ਕੁ ਦਿਨਾਂ ਤੋਂ 15 20 ਦਿਨਾਂ ਤੋਂ ਸਾਡੇ ਡਰਾਈਵਰ ਨੂੰ ਜਿਹੜੀ ਆ ਬੈਡ ਰੈਸਟ ਸੀ ਕਿਉਂਕਿ ਉਹਨਾਂ ਦੀ ਬਾਜੂ ਤੇ ਸੱਟ ਲੱਗੀ ਹੋਈ ਸੀ ਇਸ ਕਰਕੇ ਤਾਂ ਕੁਝ ਮਰੀਜ਼ ਇਸ ਤਰ੍ਹਾਂ ਦੇ ਹੀ ਅਮਰਜੈਂਸੀ ਦੇ ਵਿੱਚ ਉਹ ਕਾਲ ਜਦੋਂ ਮੈਨੂੰ ਲਾ ਲੈਂਦੇ ਸੀਗੇ ਤੇ ਉੱਥੇ ਮੈਨੂੰ ਫਿਰ ਇਸ ਚੀਜ਼ ਦਾ ਤਰਸ ਆਉਂਦਾ ਸੀਗਾ ਵੀ ਅੱਜ ਪਤਾ ਨਹੀਂ ਉਹਨਾਂ ਨੂੰ ਕਿੰਨੀ ਕ ਨੀਡ ਹੋਣੀ ਐਂਬੂਲੈਂਸ ਦੀ ਸੋ ਮੈਨੂੰ ਦੋ ਚਾਰ ਜਦੋਂ ਫੋਨ ਇਸ ਤਰ੍ਹਾਂ ਗਏ ਤਾਂ ਮੈਨੂੰ ਲੱਗਿਆ ਕਿਤੇ ਨਾ ਕਿਤੇ ਵੀ ਜਦ ਗੱਡੀ ਚਲਾ ਲੈਨੇ ਆਪਾਂ ਨੂੰ ਸਾਰਾ ਕੁਝ ਪਤਾ ਤੇ ਆਪਾਂ ਕਿਉਂ ਨਾ ਜਾ ਕੇ ਇਹ ਸੇਵਾ ਹੀ ਕਰ ਲਈਏ ਸੋ ਮੈਂ ਤਾਂ ਇੱਥੇ ਢੇੜਾ ਇਹ ਦੋ ਚਾਰ ਢੇੜੇ ਪਹਿਲਾਂ ਮੈਂ ਸਟਾਰਟਿੰਗ ਚਲਾਇਆ ਉਸ ਤੋਂ ਬਾਅਦ ਆ ਫਿਰ ਕਿਸੇ ਨੇ ਹੋਰ ਅੱਗੇ ਦੇ ਅੱਗੇ ਨੰਬਰ ਸ਼ੇਅਰ ਹੋ ਜਾਂਦੇ ਆ ਤਾਂ ਫਿਰ ਮੈਂ ਘੱਟੋ ਘੱਟ 15 ਤੋਂ 20 ਢੇੜੇ ਜਿਹੜੇ ਹੁਣ ਤੱਕ ਲਾ ਚੁੱਕੀ ਆ ਰਜਿੰਦਰਾ ਤੋਂ ਬਾਹਰ ਵੀ ਸੰਗਰੂਰ ਰਾਜਪੁਰਾ ਖੰਨਾ ਇਸ ਤਰ੍ਹਾਂ ਪਾਤਣਾ ਸਮਾਨਾ ਇਹਨਾਂ ਜਗ੍ਹਾ ਤੇ ਜਾ ਚੁੱਕੀ ਆ ਤੇ ਲੋਕਲ ਤਾਂ ਤੁਰੇ ਰਹੀਦਾ ਜੀ ਸ਼ੁਕਰ ਉਹਨਾਂ ਦੀ ਗੱਲ ਕਰ ਰਹੇ ਕਿਉਂਕਿ ਕਰੋਨਾ ਵਾਰਡ ਦੇ ਬਾਹਰ ਤੁਸੀਂ ਪੇਸ਼ੈਂਟ ਢੋ ਰਹੇ ਹੋ ਲੈ ਕੇ ਜਾ ਰਹੇ ਹੋ ਲੈ ਕੇ ਆ ਰਹੇ ਹੋ ਇੱਥੇ ਮੈਂ ਗੱਲ ਕਰਨਾ ਚਾਹਾਂਗਾ ਪਰਿਵਾਰ ਕਿਉਂਕਿ ਮਹਿਲਾ ਦੀ ਮੁੱਖ ਜ਼ਿੰਮੇਵਾਰੀ ਜਿਹੜੀ ਹੈ ਪਰਿਵਾਰ ਨੂੰ ਮੰਨਿਆ ਜਾਂਦਾ ਹੈ ਮਹਿਲਾ ਵੀ ਜਿਹੜੀ ਹੈ ਆਪਣੇ ਪਰਿਵਾਰ ਨੂੰ ਪਹਿਲ ਦਿੰਦੀ ਹੈ ਚਾਹੇ ਅੱਜ ਮਹਿਲਾਵਾਂ ਚੰਨ ਤੇ ਚਲੀਆਂ ਗਈਆਂ ਹਰੇਕ ਥਾਂ ਮਰਦ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਹੈ ਤੇ ਡਰ ਨਹੀਂ ਲੱਗਦਾ ਕਿ ਘਰੇ ਬੱਚੇ ਐ ਘਰ ਦੇ ਨੇ ਤੇ ਮੈਂ ਕਰੋਨਾ ਮਰੀਜ਼ਾਂ ਦੇ ਕੋਲੋਂ ਜਾਊਂਗੀ ਤੇ ਕੁਝ ਬਿਮਾਰੀ ਹੋ ਗਈ ਆ ਕੁਝ ਹੋ ਗਿਆ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਜਿਹੜਾ ਕੋਈ ਸੇਵਾ ਕਰਨਾ ਚਾਹੁੰਦਾ ਹੈ ਜਾਂ ਸੇਵਾ ਕਰਦਾ ਹੈ ਨਾ ਉਹਨੂੰ ਕੁਝ ਨਹੀਂ ਹੁੰਦਾ ਉਹ ਮਾਲਕ ਦੇ ਰਜਾਈ ਐਸੀ ਆ ਸੋ ਮੇਰੀ ਫੈਮਲੀ ਵੱਲੋਂ ਮੈਨੂੰ ਫੁੱਲ سپورਟ ਆ ਇਹ ਜੀ ਕੋਈ ਗੱਲ ਨਹੀਂ ਹਸਬੰਡ ਮੇਰੀ ਪੂਰੀ سپورਟ ਕਰਦੇ ਨੇ ਮੇਰੇ ਮੰਮੀ ਪਾਪਾ ਮਤਲਬ ਸੱਸ ਸਹੁਰਾ ਉਹ ਮੈਨੂੰ ਫੁੱਲ سپورਟ ਕਰਦੇ ਨੇ ਅਗਰ ਉਹਨਾਂ ਦੀ سپورਟ ਆ ਤਾਂ ਮੈਂ ਬਾਹਰ ਆ ਜਾ ਸਕਦੇ ਆ ਠੀਕ ਹੈ ਨਹੀਂ ਕਿ ਪਹਿਲਾ ਫਰਜ਼ ਲੇਡੀਜ਼ ਦਾ ਇਹ ਹੀ ਹੁੰਦਾ ਕਿ ਆਪਣਾ ਪਰਿਵਾਰ ਪਰਿਵਾਰ ਤੇ ਦੇਖ ਹੀ ਰਹੇ ਆ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਕੁ ਸਮਾਂ ਸੀ ਇੱਧਰ ला ਸਕਦੇ ਆ ਸੇਵਾ ਦੇ ਵਿੱਚ ਉਹ ਵੀ ਲਾਈਏ ਸੋ ਉਹਦੇ ਵਿੱਚ ਮੇਰੀ ਸਹਿਮਤੀ ਮੇਰੇ ਪਰਿਵਾਰ ਦੀ ਪੂਰੀ ਸਹਿਮਤੀ ਹੈ ਮੇਰੇ ਨਾਲ ਤਾਂ ਹੀ ਮੈਂ ਆ ਕੇ ਇੱਥੇ ਸੇਵਾ ਕਰ ਲੈਣੀ ਆ ਜੀ ਜੀ ਅਕਸਰ ਸੁਣ ਰਹੇ ਹਾਂ ਤੁਸੀਂ ਵੀ ਸੁਣਿਆ ਹੋਣਾ ਕਿ ਐਂਬੂਲੈਂਸ ਦੇ ਮਾਲਕ ਹੈ ਜਾਂ ਨਿੱਜੀ ਕੰਪਨੀਆਂ ਨੇ ਉਹ ਬਹੁਤ ਮੋٹے ਪੈਸੇ ਵੀ ਵਸੂਲ ਰੀਆਂ ਸੀ 1.5 ਲੱਖ ਰੁਪਏ ਵਾਲਾ ਚਰਚਾ ਤੁਸੀਂ ਸੁਣੀ ਹੋਣੀ ਹੈ ਬਹੁਤ ਜਿਹੜੀ ਹੈ ਲੋਕਾਂ ਨੇ ਇਸ ਦੇ ਵਿੱਚ ਭੰਡਿਆ ਵੀ ਹੈ ਔਰ ਬਹੁਤ ਜ਼ਿਆਦਾ ਫੇਮਸ ਵੀ ਹੋਈ ਸੋ ਕਿੱਥੇ ਲੋਕ ਕਮਾਈ ਦਾ ਜ਼ਰੀਆ ਸਮਝ ਰਹੇ ਆ ਇਸ ਦੌਰ ਨੂੰ ਕਈ ਥਾਵਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਲੋਕ ਤੁਹਾਡੇ ਵਾਂਗੂ ਸੇਵਾ ਕਰਨ ਦੇ ਲਈ ਅੱਗੇ ਆ ਗਏ ਆ ਸੋ ਤੁਸੀਂ ਇਸ ਨੂੰ ਖਰਚੇ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ ਹੋ ਜਾਂ ਐਂਬੂਲੈਂਸ ਦਾ ਕਿਵੇਂ ਤੁਸੀਂ ਸਿਸਟਮ ਬਣਾਇਆ ਹੋਇਆ ਦੇਖੋ ਖਰਚਾ ਇਸ ਤਰ੍ਹਾਂ ਹੈ ਕਿ ਸੰਗਤ ਅਸੀਂ ਜਿੰਨੇ ਵੀ ਮੈਂਬਰ ਹੈਗੇ ਆ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਖਰਚਾ ਹੀ ਮੈਂਟੇਨ ਪਹਿਲਾਂ ਵੀ ਕਰ ਰਹੇ ਸੀਗੇ ਠੀਕ ਆ ਕਮਾਈ ਦਾ ਤੇ ਕਦੀ ਅਸੀਂ ਐਂਬੂਲੈਂਸ ਤੋਂ ਸੋਚਿਆ ਹੀ ਨਹੀਂ ਹੈਗਾ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਵੀ ਫ੍ਰੀ ਹੀ ਸੇਵਾ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਚਲੋ ਗੱਡੀ ਨੂੰ ਚਲਾਉਣ ਵਾਸਤੇ ਆਪ ਜੀ ਨੂੰ ਪਤਾ ਕਿ ਤੇਲ ਵੀ ਸਭ ਕੁਝ ਚਾਹੀਦਾ ਹੈ ਖਰਚਾ ਚਾਹੀਦਾ ਉਹਦੇ ਲਈ ਸਾਨੂੰ ਥੋੜੇ-ਬੋਤੇ ਜਿਹੜੇ ਠੀਕ ਨੇ ਪਰਿਵਾਰਾਂ ਦੇ ਵਿੱਚ ਉਹ ਜਾਂ ਖੁਦ ਹੀ ਸੁਸਾਇਟੀ ਨੂੰ ਕੁਝ ਉਹ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਫਿਰ ਅਸੀਂ ਬਹੁਤ ਕਟਰ ਰੇਟਾਂ ਦੇ ਵਿੱਚ ਕੋਈ ਇਹ ਨਹੀਂ ਕਿ ਵੀ ਤੁਸੀਂ ਜਿਵੇਂ ਹੁਣੇ ਕਿਹਾ ਵੀ 1.5 ਲੱਖ ਤੱਕ ਵੀ ਲੋਕਾਂ ਨੇ ਕਿਤਾ ਬਟ ਨਹੀਂ ਇਹੋ ਜਿਹਾ ਕੁਛ ਨਹੀਂ ਅਸੀਂ ਉਹਦੀ ਪੱਕੀ ਪਰਚੀ ਸਲਿੱਪ ਦਿੰਦੇ ਹਾਂ ਕੱਟ ਕੇ ਨਾਲ ਉਹ ਬੜੇ ਲਿਮਟਿਡ ਰੇਟ ਨੇ ਸਾਡੇ ਤੇ ਉਹ ਅਸੀਂ ਲੈਣੇ ਆ ਉਹਨਾਂ ਕੋਲ ਬਟ ਮਹਾਮਾਰੀ ਦੇ ਦੌਰਾਨ ਬਹੁਤ ਹੀ ਘੱਟ ਸੀ ਕਿਰਾਇਆ ਲਿਆ ਕਿਸੇ ਕੋਲ ਲੈ ਲਿਆ ਜ਼ਿਆਦਾਤਰ ਅਸੀਂ ਫ੍ਰੀ ਹੀ ਸੇਵਾ ਕਰ ਰਹੇ ਆ ਤੇ ਫ੍ਰੀ ਸਾਡੀ ਗੱਡੀ ਚੱਲ ਰਹੀ ਹੈ ਕਿਉਂਕਿ ਮੇਰੀ ਤਾਂ ਨੌਲੇਜ ਚ ਇੱਕ ਇੱਕ ਚੀਜ਼ ਚੱਲ ਰਹੀ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਤੇ ਸੋ ਹੁਣ ਜਿਹੜੇ 15 ਤੋਂ 20 ਗਿਹੜੇ ਆਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਕਿਸੇ ਕੋਲ ਵੀ ਨਹੀਂ ਪੈਸਾ ਲਿਆ ਹੈਗਾ ਇੱਕ ਸਾਡੇ ਅੰਕਲ ਸੀ ਨਾਲ ਉਹਨਾਂ ਨੇ ਜ਼ਰੂਰ 500 ਰੁਪਏ ਉਹ ਫੜਾ ਗਏ ਜਾਂਦੇ ਜਾਂਦੇ ਵੀ ਨਹੀਂ ਵੀ ਤੁਸੀਂ ਸਾਡਾ ਮਰੀਜ਼ ਛੱਡ ਗਿਆ ਬਹੁਤ ਵਧੀਆ ਸੋ ਨਹੀਂ ਕਿ ਮੈਂ ਕਿਸੇ ਕੋਲ ਵੀ ਨਹੀਂ ਪੈਸਾ ਲਿਆ ਸੋ ਜਿਸ ਤਰ੍ਹਾਂ ਗੱਲ ਕਰ ਲਈਏ ਅੱਜ ਦੇ ਵਕਤ ਦੇ ਵਿੱਚ ਚਾਹੇ ਉਹ ਡਾਕਟਰ ਹੈ ਚਾਹੇ ਪੁਲਿਸ ਕਰਮੀ ਹੈ ਚਾਹੇ ਸਫਾਈ ਕਰਮੀ ਹੈ ਹਰ ਵਰਗ ਦੇ ਵਿੱਚ ਮਹਿਲਾਵਾਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਪਰ ਐਂਬੂਲੈਂਸ ਪਹਿਲੇ ਮੈਂ ਮਿਲ ਰਿਹਾ ਇਸ ਵਕਤ ਪਹਿਲੀ ਮਹਿਲਾ ਨੂੰ ਜੋ ਐਂਬੂਲੈਂਸ ਡਰਾਈਵ ਕਰ ਰਹੇ ਆ ਉਹ ਵੀ ਕਰੋਨਾ ਵਾਰਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੋਚ ਲਿਆ ਵੀ ਮੈਂ ਐਂਬੂਲੈਂਸ ਹੀ ਚਲਾ ਲੈਣੀ ਆ ਚਲੋ ਕੋਈ ਹੋਰ ਸੇਵਾ ਨਹੀਂ ਤੇ ਐਂਬੂਲੈਂਸ ਚਲਾ ਦਿੰਨੀ ਆ ਅੱਛਾ ਅਸੀਂ ਪਹਿਲਾਂ ਲੰਗਰ ਬਣਾ ਕੇ ਤੇ 1500 2000 ਤੱਕ ਦੇ ਜਿਹੜੇ ਪਰਿਵਾਰ ਸੀ ਜਿਨ੍ਹਾਂ ਨੂੰ ਅਸੀਂ ਦੇ ਰਹੇ ਸੀਗੇ ਘਰ ਘਰ ਡੇਲੀ ਇੱਕ ਟਾਈਮ ਦੇ ਰਹੇ ਸੀਗੇ ਸੋ ਕਾਫੀ ਲੰਬਾ ਸਾਡਾ ਉਹ ਚੱਲਿਆ ਉਸ ਤੋਂ ਬਾਅਦ ਆ ਫਿਰ ਸਾਨੂੰ ਥੋੜਾ ਜਿਹਾ ਮਨਾ ਕਰ ਦਿੱਤਾ ਗਿਆ ਕਿ ਵੀ ਇਸ ਤਰ੍ਹਾਂ ਵੀ ਜਿਆਦਾ ਖਤਰਾ ਹੈ ਸੋ ਬੰਦ ਕਰ ਦੋ ਲੰਗਰ ਲੰਗਰ ਅਸੀਂ ਬੰਦ ਕਰ ਦਿੱਤੇ ਔਰ ਲੰਗਰ ਬੰਦ ਕਰਨ ਤੋਂ ਬਾਅਦ ਫਿਰ ਸਾਨੂੰ ਲੱਗਾ ਕਿ ਫ੍ਰੀ ਬੈਠਿਆਂ ਵੀ ਨਹੀਂ ਸਰਦਾ ਕੰਮਕਾਰ ਵੀ ਨਹੀਂ ਹੈਗਾ ਕੋਈ ਤੇ ਗੱਡੀ ਦੀ ਸੇਵਾ ਤਾਂ ਬੰਦ ਹੋ ਨਹੀਂ ਸਕਦੀ ਇਹ ਤਾਂ ਆਲਰੇਡੀ ਚੱਲ ਹੀ ਰਹੀ ਆ ਹਨ ਤੇ ਸੋ ਉਸ ਤੋਂ ਪਹਿਲਾਂ ਜਦੋਂ ਠੀਕ ਸੀਗਾ ਉਦੋਂ ਤਾਂ ਮੈਂ ਬਹੁਤ ਘਾਟ ਹੀ ਹੁੰਦੀ ਸੀਗੀ ਪਰ ਜਦੋਂ ਦਾ ਇਹ ਥੋੜਾ ਜਿਹਾ ਮੰਜੀ ਚ ਮੰਜੀ ਤੇ ਬੈਠ ਗਿਆ ਬੈਡ ਰੈਸਟ ਹੋ ਗਈ ਉਸ ਦਿਨ ਤੋਂ ਫਿਰ ਮੈਨੂੰ ਲੱਗਿਆ ਕਿ ਵੀ ਇਹ ਹੀ ਸੇਵਾ ਕਰਦੇ ਆ ਇਹ ਵੀ ਤਾਂ ਇੱਕ ਸੇਵਾ ਹੈ ਇਨਸਾਨੀਅਤ ਦੇ ਨਾਤੇ ਗੱਡੀ ਚਲਾਨੀ ਆਉਂਦੀ ਸੀ ਬਿਲਕੁਲ ਗੱਡੀ ਪਹਿਲਾਂ ਤੁਸੀਂ ਮੈਂ ਚਲਾਨਣੀ ਆ ਸੋ ਮੈਨੂੰ ਲੱਗਿਆ ਕਿ ਵੀ ਜਦੋਂ ਗੱਡੀ ਵੀ ਚਲਾਨੀ ਆਉਂਦੀ ਆ ਗੱਡੀ ਕੋਲ ਵੀ ਹੈਗੀ ਆ ਤਾਂ ਆਪਾਂ ਇਹ ਸਹੂਲਤ ਲੋਕਾਂ ਦੀ ਬੰਦ ਨਾ ਕਰੀਏ ਇਹਨੂੰ ਚਾਲੂ ਰੱਖੀਏ ਜੀ ਇਸ ਕਰਕੇ ਫਿਰ ਮੈਂ ਖੁਦ ਹੀ ਢੇੜੇ ਲਾ ਰਹੀ ਆ ਹੁਣ ਦੇਖਦੇ ਆ ਕਿੰਨੇ ਦਿਨਾਂ ਤੱਕ ਠੀਕ ਹੁੰਦਾ ਫਿਰ ਆਪੇ ਸਟਾਰਟ ਕਰੂਗਾ ਇਹ ਕਿੰਨੇ ਕਾਲਾਂ ਆ ਜਾਂਦੀਆਂ ਦਿਨ ਦੇ ਵਿੱਚ ਲੋਕਾਂ ਦੀਆਂ ਕਿਉਂਕਿ ਕਰੋਨਾ ਦੇ ਵਿੱਚ ਅੱਜ ਮਹਾਮਾਰੀ ਫੈਲੀ ਹੋਈ ਹੈ ਹਰ ਪਾਸੇ ਐਂਬੂਲੈਂਸ ਦੇਖਣ ਨੂੰ ਮਿਲਦੀ ਹੈ ਸੜਕਾਂ ਤੇ ਅੱਜ ਗੱਡੀਆਂ ਦੇ ਬਰਾਬਰ ਐਂਬੂਲੈਂਸ ਤੁਰਦੀ ਹੈ ਸੋ ਕਿੰਨੇ ਕਾਲ ਜਿਹੜੀਆਂ ਹਨ ਰੋਜ਼ ਆ ਜਾਂਦੀਆਂ ਜਿਹੜੀਆਂ ਫੋਨ ਕਾਲਸ ਦੀ ਹੈ ਮੈਂ ਗੱਲ ਕਰਾਂ ਤਾਂ ਮੇਰੇ ਕੋਲ ਫੋਨ ਕਾਲ ਉਹੀ ਪਹੁੰਚਦੀਆਂ ਜਿਹੜੀਆਂ ਜ਼ਿਆਦਾ ਅਮਰਜੈਂਸੀ ਨੇ ਜਿਹੜੀਆਂ ਨਾਰਮਲ ਨੇ ਉਹ ਡਰਾਈਵਰ ਸਾਹਿਬ ਹੀ ਜਾਣਦੇ ਆ ਕਿਉਂਕਿ ਡਰਾਈਵਰ ਕੋਲ ਹੀ ਜ਼ਿਆਦਾ ਜਾਂਦੀਆਂ ਨੰਬਰ ਜ਼ਿਆਦਾ ਇਹਦਾ ਹੀ ਸ਼ੇਅਰ ਕੀਤਾ ਹੁੰਦਾ ਮੇਰੇ ਕੋਲ ਉਹੀ ਆਉਂਦੇ ਲੋਕ ਜਿਨ੍ਹਾਂ ਨੇ ਗੱਡੀ ਤੋਂ ਨੰਬਰ ਪੜ ਲੈਂਦੇ ਨੇ ਉਹੀ ਮੈਨੂੰ ਫੋਨ ਕਾਲ ਕਰਦੇ ਨੇ ਤਾਂ ਮੈਨੂੰ ਨਹੀਂ ਮੈਂ ਦੱਸ ਨਹੀਂ ਸਕਦੀ ਵੀ ਹੁਣ ਕਿੰਨੀਆਂ ਕਾਲਾਂ ਮੇਰੇ ਕੋਲ ਆਉਂਦੀਆਂ ਦਿਹਾੜੀ ਚ ਕਿਉਂਕਿ ਰਾਤ ਨੂੰ ਵੀ ਫੋਨ ਚੱਲੀ ਜਾਂਦਾ ਤੇ ਦਿਨ ਦੇ ਵਿੱਚ ਵੀ ਕਾਲਸ ਆਈ ਜਾਂਦੀਆਂ ਨੇ ਔਰ ਜਿਹੜੀਆਂ ਅਸੀਂ ਪਿਕ ਕਰਕੇ ਜਾਂ ਜਿਨ੍ਹਾਂ ਦੀ ਹੈਲਪ ਕਰ ਰਹੇ ਹਾਂ ਜਾਂ ਗਏ ਹੋਏ ਹਾਂ ਮਰੀਜ਼ ਨੂੰ ਲੈ ਕੇ ਤਾਂ ਉਹ ਤਾਂ ਫਿਰ ਅਸੀਂ ਨਹੀਂ ਨਾਲ ਨਿਭਾ ਸਕਦੇ ਇੱਕ ਕੰਮ ਹੀ ਇੱਕ ਟਾਈਮ 'ਚ ਹੋਣਾ ਸੋ ਤਾਸ ਨਹੀਂ ਸਕਦੇ ਕਿੰਨੀਆਂ ਕਾਲਾਂ ਨੇ ਮਤਲਬ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਆ ਕਾਲਸ ਦਾ ਕੋਈ ਠਿਕਾਣਾ ਨਹੀਂ ਕਹਿੰਦੇ ਰਾਤ ਨੂੰ ਵੀ ਫੋਨ ਵੱਜਦਾ ਦਿਨੇ ਵੀ ਵੱਜਦਾ ਪਰ ਅਸੀਂ ਕੋਸ਼ਿਸ਼ ਕਰੀਦੇ ਜਿੰਨੇ ਵੱਧ ਤੋਂ ਵੱਧ ਹੋ ਸਕਣ ਜ਼ਰੂਰਤਮੰਦ ਮਰੀਜ਼ਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਵੇ ਇਹ ਅਸੀਂ ਮੰਨਦੇ ਹਾਂ ਕਿ ਗੱਡੀ ਨੂੰ ਚਲਾਉਣ ਵਾਸਤੇ ਤੇਲ ਵੀ ਪਵਾਉਣਾ ਆਕਸੀਜਨ ਸਿਲੰਡਰ ਵੀ ਲਗਾਉਣਾ ਹੈ ਤੇ ਬਾਕੀ ਸਾਰੀ ਚੀਜ਼ਾਂ ਦੀ ਵੀ ਜ਼ਰੂਰਤ ਹੈ ਸੋ ਇਹਨਾਂ ਦਾ ਕਹਿਣਾ ਕਿ ਜ਼ਰੂਰਤਮੰਦ ਨੂੰ ਅਸੀਂ ਮੁਫਤ ਵੀ ਮੁਹੱਈਆ ਕਰਾ ਰਹੇ ਹਾਂ ਅਗਰ ਕੋਈ ਪੈਸੇ ਦੇਣਾ ਚਾਹੁੰਦਾ ਹੈ ਤੇ ਇੰਨੇ ਕੁ ਰੇਟ ਤੇ ਜਿਵੇਂ 5-70 ਰੁਪਏ ਕਿਲੋਮੀਟਰ ਦੇ ਉੱਤੇ ਹੈ ਜਿਹੜਾ ਉਹ ਰੇਟ ਇਹਨਾਂ ਨੇ ਰੱਖਿਆ ਹੋਇਆ ਹੈ ਜਿਹੜਾ ਕਿ ਬਿਲਕੁਲ ਵਾਜਬ ਹੈ ਪਰ ਜ਼ਿਆਦਾਤਰ ਗਿੜੇ ਫ੍ਰੀ ਦੇ ਵਿੱਚ ਹੀ ਲੱਗਦੇ ਆ ਔਰ ਜੇਕਰ ਕਿਸੇ ਦੀ ਇੱਛਾ ਹੁੰਦੀ ਹੈ ਉਹ ਸੁਸਾਇਟੀ ਨੂੰ ਵੀ ਖੁਦ ਪੇਮੈਂਟ ਆਪਣੇ ਆਪ দান ਕਰ ਸਕਦਾ ਹੈ ਜਾਂ ਫਿਰ ਇਹਨਾਂ ਨੂੰ ਜਾਂਦੇ ਹੋਏ ਕੋਈ ਨਾ ਕੋਈ ਜਿਵੇਂ ਹੁਣ ਇਹਨਾਂ ਨੂੰ ਦੱਸਿਆ ਕਿ 500 ਰੁਪਏ ਕੋਈ ਫੜਾ ਗਿਆ ਉਹ ਉਸ ਤਰ੍ਹਾਂ ਮਤਲਬ ਡੋਨੇਸ਼ਨ ਦੇ ਅਗੇ ਸਸ ਸਸੁਰ ਮੇਰੀ ਮਦਦ ਕਰ ਰਹੇ ਹੈ ਤੇ ਉਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਂਦੀ ਇਸ ਚੀਜ਼ ਤੋਂ ਨਹੀਂ ਅਜੇ ਤੱਕ ਤਾਂ ਕੋਈ ਦਿੱਕਤ ਨਹੀਂ ਆਈ ਬਿਲਕੁਲ ਠੀਕ ਨੇ ਉਹ ਅਗਰ ਆਈ ਤਾਂ ਜਰੂਰ ਆਪਾਂ ਉਸ ਨੂੰ ਕੇਅਰ ਕਰਾਂਗੇ ਜਦੋਂ ਆਪਾਂ ਦੂਜੀ ਜਨਤਾ ਵਾਸਤੇ ਕਰ ਰਹੇ ਆ ਤਾਂ ਘਰ ਦੇ ਵਾਸਤੇ ਤਾਂ ਪਹਿਲੀਆਂ ਚ ਬਟ ਅਜੇ ਤੱਕ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਨਾ ਮੈਨੂੰ ਨਾ ਮੇਰੀ ਫੈਮਲੀ ਨੂੰ ਬਿਲਕੁਲ ਫੈਮਲੀ ਨੋਰਮਲ ਕਿੰਨੇ ਲੋਕਾਂ ਦਾ ਫੈਮਲੀ ਦੇ ਵਿੱਚ ਮੰਮੀ ਪਾਪਾ ਨੇ ਬੇਟਾ ਤੇ ਹਸਬੰਡ ਵਾਈਫ ਅਸੀਂ ਕਿੰਨੇ ਸਾਲ ਦਾ ਬੇਟਾ ਬੇਟਾ 18 ਸਾਲ ਦਾ ਚਲੋ ਮਤਲਬ ਮਚੂਰ ਹੈਗਾ ਉਹ ਸੰਭਾਲ ਸਕਦਾ ਆਪਣੇ ਆਪ ਨੂੰ ਸੋ ਹੁਣ ਅਖੀਰਲਾ ਸਵ ਜਿਹੜੀ ਪ੍ਰੇਰਣਾ ਉਹ ਕਿਤੋਂ ਨਾ ਕਿਤੋਂ ਮਿਲਦੀ ਹੈ ਕਿਸੇ ਨੂੰ ਮਾਪੇ ਤੋਂ ਮਿਲਦੀ ਹੈ ਕਿਸੇ ਨੂੰ ਆਪਣੇ ਗੁਰੂ ਤੋਂ ਮਿਲਦੀ ਹੈ ਕਿਸੇ ਨੂੰ શિક્ષਕ ਤੋਂ ਮਿਲਦੀ ਹੈ ਹਰੇਕ ਬੰਦੇ ਦੀ ਕੋਈ ਨਾ ਕੋਈ ਪ੍ਰੇਰਣਾ ਹੁੰਦਾ ਤੁਹਾਡੀ ਪ੍ਰੇਰਣਾ ਕੌਣ ਹੈ ਕਿ ਇਸ ਤਰ੍ਹਾਂ ਦੇ ਜੋਖਮ ਵਾਲੀ ਸੇਵਾ ਦੇ ਵਿੱਚ ਤੁਸੀਂ ਪੈ ਗਏ ਹੋ ਨਾਮ ਧਾਰੀ ਇਸ ਸ਼ਾਖੋ ਦਲੀਪ ਸਿੰਘ ਜੀ ਦਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਬਿਲਕੁਲ ਹੈ ਨਾ ਉਹਨਾਂ ਦੀਆਂ ਕਦੀ ਤੁਸੀਂ YouTube ਤੋਂ ਸਪੀਚ ਸੁਣੋਗੇ ਤੇ ਆਪ ਜੀ ਖੁਦ ਹੀ ਸਮਝ ਜਾਓਗੇ ਕਿਉਂਕਿ ਉਹ ਇੱਕ ਔਰਤ ਨੂੰ ਇੰਨਾ ਉੱਚਾ ਚੱਕਣ ਵਾਸਤੇ ਉਹਨਾਂ ਨੇ ਯਤਨ ਕੀਤੇ ਨੇ ਕਿ ਔਰਤ ਨੂੰ ਉਹ ਇਹ ਗੱਲ ਕਹਿੰਦੇ ਕਿ ਹਰੇਕ ਵਰਗ ਦੇ ਵਿੱਚ ਔਰ ਤਾਂ ਅੱਗੇ ਆਵੇ ਜੀ ਅੱਗੇ ਵੱਧ ਕੇ ਕੰਮ ਕਰੇ ਲੋਕਾਂ ਦੀ ਸੇਵਾ ਕਰੇ ਠੀਕ ਹੈ ਆਪਾਂ ਆਮ ਲੋਕ ਅਸੀਂ ਸਾਰੇ ਮੈਂ ਖੁਦ ਵੀ ਜੇ ਆਪਣੀ ਗੱਲ ਵੀ ਕਰਾਂ ਤੇ ਮੈਂ ਇਹਦੋਂ 7-8 ਸਾਲ ਪਹਿਲਾਂ ਇੱਕ ਹਾਊਸ ਵਾਈਫ ਸੀ ਹਾਂ ਬਿਲਕੁਲ ਠੀਕ ਹੈ ਜੀ ਨਹੀਂ ਸੀ ਮੈਂ ਬਾਹਰ ਨਿਕਲ ਸਕਦੀ ਨਹੀਂ ਸੀ ਮੈਂ ਬਾਹਰ ਡਾਕਟਰ ਜੀ ਨਾਲ ਗੱਲ ਕਰ ਸਕਦੀ ਨਹੀਂ ਮੈਂ ਪੁਲਿਸ ਮੁਲਾਜ਼ਮਾ ਨਾਲ ਗੱਲ ਕਰ ਸਕਦੀ ਕਿਸੇ ਨਾਲ ਕਿਉਂਕਿ ਇਸ ਤਰ੍ਹਾਂ ਦੀ ਸੀਗੀ ਮੇਰੀ ਉਸ ਟਾਈਮ ਬਟ ਜੇ ਇਹ ਚੀਜ਼ਾਂ ਤੋਂ ਅਸੀਂ ਪ੍ਰੇਰਿਤ ਸਾਡੇ ਮੈਂ ਤੁਹਾਨੂੰ ਸਾਫ਼ ਦੱਸਿਆ ਸੀ ਠਾਕੁਰ ਦਲੀਪ ਸਿੰਘ ਜੀ ਤੋਂ ਮੈਂ ਹੋਈ ਹਾਂ ਉਹਨਾਂ ਦੇ ਇਹ ਬਚਨ ਸੁਣ ਸੁਣ ਕੇ ਉਹਨਾਂ ਦੀ ਇਹ ਸਿੱਖਿਆ ਲੈ ਲੈ ਕੇ ਅਸੀਂ ਸੋ ਅੱਜ ਅਸੀਂ ਇਸ ਜਗ੍ਹਾ ਤੇ ਖੜੇ ਆ ਗੱਡੀ ਤੱਕ ਵੀ ਨਹੀਂ ਸੀ ਸਾਨੂੰ ਪਹਿਲਾਂ ਚਲਾਉਣਾ ਹੁੰਦਾ ਹੁਣ ਪਿਛਲੇ 4-5 ਸਾਲਾਂ ਤੋਂ ਗੱਡੀ ਵੀ ਚਲਾ ਰਹੇ ਆ ਹੁਣ ਅਗਰ ਗੱਡੀ ਆਂਦੀ ਸੀ ਤੇ ਤਾਂ ਇਹ ਕੰਮ ਹੋ ਰਿਹਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਕੋਈ ਵੀ ਆ ਕੋਈ ਕੇਸ ਆ ਕਿਸੇ ਤਰ੍ਹਾਂ ਦਾ ਅਗਰ ਉਹ ਕੇਸ ਨੂੰ ਵੀ ਅਸੀਂ ਦੇਖਣਾ ਵਾ ਤਾਂ ਪਹਿਲਾਂ ਅਸੀਂ ਇਹ ਸੋਚਦੇ ਨੇ ਕਿ ਮੈਂ ਔਰਤਾਂ ਮੈਂ ਜਾ ਕੇ ਕੀ ਗੱਲ ਕਰੂੰਗੀ ਪਰ ਇਹੋ ਜਿਹਾ ਕੁਝ ਨਹੀਂ ਆ ਅਸੀਂ ਖੁਦ ਜਾਂਦੇ ਆ ਖੁਦ ਆਪ ਕੇਸ ਨੂੰ ਦੇਖਦੇ ਆ ਆਪ ਹੈਂਡਲ ਕਰਦੇ ਆ ਔਰ ਪ੍ਰੋਪਰ ਜੋ ਉਹਨਾਂ ਨੂੰ ਉਸ ਟਾਈਮ ਦੀ ਸਹੂਲਤ ਚਾਹੀਦੀ ਹੈ ਜਾਂ ਉਹਨਾਂ ਨੂੰ ਮਦਦ ਸਾਡੀ ਚਾਹੀਦੀ ਹੈ ਉਹ ਕਰਦੀ ਆ ਮੈਂ ਸ਼ੁਰੂ ਤੋਂ ਹੀ ਸਾਡਾ 6-7 ਸਾਲਾਂ ਤੋਂ ਹੀ ਇਹ ਕੰਮ ਚੱਲ ਰਿਹਾ ਸੋ ਮੇਨ ਤੁਹਾਡਾ ਸਵਾਲ ਇਹੀ ਸੀ ਜਿਹੜੀ ਮੈਨੂੰ ਇਹ ਸਿੱਖਿਆ ਮਿਲੀ ਆ ਇਹ ਸ੍ਰੀ ਠਾਕੁਰ ਦਲੀਪ ਸਿੰਘ ਜੀ ਤੋਂ ਹੀ ਮਿਲੀ ਆ ਮੈਨੂੰ ਜੀ ਸੋ ਤੁਹਾਨੂੰ ਦੇਖ ਕੇ ਬਹੁਤ ਸਾਰੇ ਲੋਕ ਪ੍ਰੇਰਿਤ ਹੋਣਗੇ ਖਾਸ ਤੌਰ ਤੇ ਅੱਜ ਦੀ ਸਾਡੀਆਂ ਭੈਣਾਂ ਬੇਟੀਆਂ ਮਾਵਾਂ ਕਿਉਂਕਿ ਮਹਿਲਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਹਾ ਜਾਂਦਾ ਹੈ ਕਿ ਜੇ ਇੱਕ ਆਦਮੀ ਪੜਦਾ ਤਾਂ ਸਿਰਫ ਇੱਕ ਪਰਿਵਾਰ ਪੜਦਾ ਜੇਕਰ ਇੱਕ ਮਹਿਲਾ ਪੜ ਜਾਵੇ ਤਾਂ ਕਈ ਪਰਿਵਾਰ ਜਿਹੜਾ ਹੈ ਉਹ ਪੜ ਜਾਂਦੇ ਆ ਸੋ ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕੁਝ ਲੋਕ ਅੱਜ ਵੀ ਸਮਾਜ ਦੇ ਵਿੱਚ ਅਜਿਹੇ ਹੈ ਜਿਹੜੇ ਹੁਣ ਵੀ ਧੀਆਂ ਨੂੰ ਕੁੱਖਾਂ 'ਚ ਕਤਲ ਕਰਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਿ ਉਹ ਕਿ ਤੁਸੀਂ ਕੁੱਖਾਂ ਦੀ ਗੱਲ ਕੀਤੀ ਹੈ ਮੈਂ ਰੂੜੀਆਂ ਤੋਂ ਬੱਚੀਆਂ ਚੱਕੀਆਂ ਜੀ ਮੈਂ ਕੂੜੇ ਤੋਂ ਬੱਚੀਆਂ ਚੱਕੀਆਂ ਜੀ ਬਿਲਕੁਲ ਠੀਕ ਹੈ ਜੀ ਪਤਾ ਨਹੀਂ ਕਿੰਨੀਆਂ ਕਿ ਬੱਚੀਆਂ ਮੈਂ ਆਪਣੇ ਹੱਥੀਂ ਕੁਝ ਤੇ ਵਿਚਾਰੀਆਂ ਔਨ ਦੀ ਸਪੋਰਟ ਡੈਥ ਹੋ ਗਈ ਤੇ ਕੁਝ ਬੱਚੀਆਂ ਇਸ ਟਾਈਮ ਆਪਣੇ ਠੀਕ ਠਾਕ ਨੇ ਪਰਿਵਾਰਾਂ ਚ ਸੋ ਮੈਂ ਔਰਤਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਅਸੀਂ ਵੀ ਔਰਤਾਂ ਜੀ ਅਗਰ ਅਸੀਂ ਔਰਤ ਅੱਜ ਹੈਗੇ ਆ ਤਾਂ ਸਮਾਜ ਹੀ ਚੱਲ ਰਿਹਾ ਠੀਕ ਹੈ ਜੀ ਤੇ ਅਗਲੀ ਆਉਣ ਵਾਲੀ ਪੀੜ੍ਹੀ 'ਚ ਅਸੀਂ ਔਰਤਾਂ ਹੀ ਮਤਲਬ ਕੁੜੀਆਂ ਨੂੰ ਹੀ ਖਤਮ ਕਰ ਦਾਂਗੇ ਤਾਂ ਸਮਾਜ ਕਿੱਦਾਂ ਅੱਗੇ ਵਧੂਗਾ ਠੀਕ ਹੈ ਜੀ ਇਸ ਕਰਕੇ ਸਭ ਤੋਂ ਪਹਿਲ ਦੀ ਗੱਲ ਇਹ ਆ ਕਿ ਧੀ ਔਰ ਪੁੱਤਰ ਦੇ ਵਿੱਚ ਕੋਈ ਫਰਕ ਨਾ ਸਮਝੇ ਅਗਰ ਅਸੀਂ ਪੁੱਤ ਨੂੰ ਸਿੱਖਿਆ ਜਿਹੜੀ ਦੇ ਸਕਦੇ ਆ ਜਿਹੜਾ ਪੁੱਤ ਕੰਮ ਕਰ ਸਕਦਾ ਉਹ ਧੀ ਕਿਉਂ ਨਹੀਂ ਕਰ ਸਕਦੀ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦੀ ਆ ਤੁਹਾਡੇ ਮਾਦੀ ਮਰਾਈ ਕਿ ਔਰਤਾਂ ਨੂੰ ਖਾਸ ਕਰਕੇ ਇਹ ਭੈਣਾ ਧਿਆਨ ਰੱਖਣਾ ਕਿ ਅਗਰ ਬੱਚੀ ਆ ਅਵਲ ਤੇ ਚੈੱਕ ਅਪ ਹੀ ਨਹੀਂ ਕਰਾਉਣਾ ਚਾਹੀਦਾ ਠੀਕ ਆ ਅਗਰ ਜੇ ਬੱਚੀ 1 ਜਾਂ 2 ਤੋਂ 3 ਹੋ ਵੀ ਗਈਆਂ ਨੇ ਤੇ ਇਹ ਟੈਨਸ਼ਨ ਕਦੀ ਨਾ ਦਿਮਾਗ ਤੇ ਰੱਖੋ ਕਿ ਵੀ ਮੇਰੀਆਂ ਕੁੜੀਆਂ ਹੋ ਗਈਆਂ ਮੈਂ ਕੀ ਕਰੂੰਗੀ ਇਹ ਸੋਚ ਕੇ ਚੱਲੋ ਕਿ ਮੈਂ ਇਹ ਤਿਆਂ ਨੂੰ ਉੱਚੇ ਲੈਵਲ ਤੇ ਲੈ ਕੇ ਜਾਣਾ ਇਹਨਾਂ ਨੂੰ ਪੜਾ ਲਿਖਾ ਕੇ ਅੱਛੀ ਸਿੱਖਿਆ ਦੇ ਕੇ ਕਿਤੇ ਅੱਛੇ ਵਰਗ ਤੇ ਲਾਓ ਕਿਤੇ ਜੋਬ ਤੇ ਲਾਓ ਕਿਤੇ ਬਾਹਰ ਭੇਜੋ ਕੋਈ ਅੱਛੇ ਮਤਲਬ ਸੰਸਕਾਰ ਦਿਓ ਬੱਚੀ ਨੂੰ ਸੋ ਮੁੰਡਿਆਂ ਨੂੰ ਵੀ ਪਰੇ ਕਰ ਰਹੀਆਂ ਨੇ ਅੱਜ ਦੀਆਂ ਕੁੜੀਆਂ ਸੋ ਮੈਂ ਇਹ ਕਹਾਂਗੇ ਕਿ ਇਹ ਜਿਹੜਾ ਕੰਮ ਹੈ ਬਿਲਕੁਲ ਬੰਦ ਹੋਣਾ ਚਾਹੀਦਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਜੀ ਐਸਸੀ ਵੀ ਆਪਣੇ ادارے ਵੱਲੋਂ ਤੁਹਾਨੂੰ ਸਲਾਮ ਕਰਦੇ ਆ ਤੁਸੀਂ ਐਡਾ ਜਜ਼ਬਾ ਦਿਖਾ ਰਹੇ ਹੋ ਸੋ ਇਹਨਾਂ ਤੋਂ ਹਰੇਕ ਧੀ ਨੂੰ ਹਰੇਕ ਪੁੱਤ ਨੂੰ ਹਰੇਕ ਮਾਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਜੋ ਅੱਜ ਵੀ ਇਹ ਸੋਚਦੇ ਆ ਕਿ ਮੇਰੇ ਧੀ ਹੋ ਗਈ ਆ ਮੇਰੇ ਪੁੱਤ ਹੋ ਗਿਆ ਕਿਉਂਕਿ ਅੱਜ ਧੀਆਂ ਚੰਨ ਤੇ ਚੜੀਆਂ ਅੱਜ ਧੀਆਂ ਹਰ ਵਰਗ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀਆਂ ਔਰ ਤੁਹਾਨੂੰ ਉਹ ਤੀਵੀਂ ਵੀ ਦਿਖਾ ਰਹੀਆਂ ਜਿਹੜੀ ਅੱਜ ਕਰੋਨਾ ਦੇ ਵਿੱਚ ਚਾਹੇ ਕੋਈ ਡਾਕਟਰ ਦੇ ਤਰ੍ਹਾਂ ਜੌਬ ਕਰ ਰਹੀ ਹੈ ਚਾਹੇ ਕੋਈ ਸਫਾਈ ਸੇਵਕ ਦਾ ਕੰਮ ਕਰ ਰਹੀ ਹੈ ਚਾਹੇ ਕੋਈ ਨਰਸਿੰਗ ਸਟਾਫ ਦੇ ਵਿੱਚ ਕੰਮ ਕਰ ਰਹੀ ਹੈ ਔਰ ਇਹ ਤੀ ਐਂਬੂਲੈਂਸ ਦੇ ਵਿੱਚ ਵੀ ਮਰੀਜ਼ਾਂ ਨੂੰ ਲਿਜਾ ਲਿਜਾ ਰਹੀ ਹੈ ਲਿਆ ਰਹੀ ਹੈ ਲਿਜਾ ਰਹੀ ਹੈ ਔਰ ਕਰੋਨਾ ਕਾਲ ਤੋਂ ਨਾ ਡਰਦੇ ਹੋਏ ਉਸ ਦਾ ਡਟ ਕੇ ਸਾਹਮਣਾ ਕਰ ਰਹੀ ਹੈ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ